ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਖੋਈ ਜਦੋਂ ਵੀ ਕਿਸੇ ਸਿੱਖ ਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ ਤਾਂ ਪੰਜ ਪਿਆਰੇ ਉਸ ਨੂੰ ਨਿਤਨੇਮ ਤੋਂ ਇਲਾਵਾ ਵਾਹਿਗੁਰੂ ਗੁਰਮਤਿਰ ਦਾ ਜਾਪ ਕਰਨ ਨੂੰ ਕਹਿੰਦੇ ਹਨ ਜਿਸ ਦੇ ਜਾਪ ਕਰਨ ਨਾਲ ਸਿੱਖ ਨੂੰ 20 ਬਰਕਤਾਂ ਹਾਸਲ ਹੁੰਦੀਆਂ ਹਨ ਸੋ ਸਾਧ ਸੰਗਤ ਜੀ ਉਹ 20 ਬਰਕਤਾਂ ਕਿਹੜੀਆਂ ਹਨ ਆਓ ਸਰਵਣ ਕਰੀਏ ਪਹਿਲੀ ਹੈ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਨੂੰ ਹਰ ਵਕਤ ਪਰਮਾਤਮਾ ਸਦਾ ਅੰਗ ਸੰਗ ਹੋਣ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਦੂਸਰਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਲੋਕ ਅਤੇ ਪ੍ਰਲੋਕ ਦੇ ਦੋਵੇਂ ਮਾਰਗ ਸਫਲ ਹੋ ਜਾਂਦੇ ਹਨ। ਤੀਸਰਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਨੌ ਨਦੀਆਂ ਤੇ 18 ਸਿੱਧੀਆਂ ਸਿੱਖ ਦੇ ਮਗਰਮਗਰ ਭੱਜੀਆਂ ਫਿਰਦੀਆਂ ਹਨ। ਚੌਥਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਸਾਰੇ ਡਰ, ਖੋਫ ਤੇ ਪਰਮ ਸਦਾ ਸਦਾ ਲਈ ਦੂਰ ਹੋ ਜਾਂਦੇ ਹਨ। ਪੰਜਵਾਂ ਵਾਹਿਗੁਰੂ ਜਿਹਦੇ ਸਿਮਰਨ ਕਰਨ ਨਾਲ ਸਿੱਖ ਹਰ ਜੀਵ ਜੰਤੂ ਬਨਸਪਤੀ ਤੇ ਹਰ ਜ਼ਰਰੇ ਜ਼ਰਰੇ ਵਿੱਚ ਵਾਹਿਗੁਰੂ ਜੀ ਦੀ ਜੋਤ ਹੀ ਵੇਖਣ ਲੱਗ ਪੈਂਦਾ ਹੈ 6 ਵਾਹਿਗੁਰੂ ਜਿਹਦੇ ਸਿਮਰਨ ਕਰਨ ਨਾਲ ਮੌਤ ਵੀ ਸਿੱਖ ਕੋਲੋਂ ਕੰਮਣ ਲੱਗ ਜਾਂਦੀ ਹੈ 7 ਵਾਹਿਗੁਰੂ ਜਿਹਦੇ ਸਿਮਰਨ ਕਰਨ ਨਾਲ ਸਿੱਖ ਦੇ ਹਿਰਦੇ ਅੰਦਰ ਸਤ ਸੰਤੋਖ ਦਇਆ ਧਰਮ ਅਤੇ ਨਿਮਰਤਾ ਵਰਗੇ ਮਹਾਨ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ 8ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਨੀਚ ਤੋਂ ਨੀਚ ਮਨੁੱਖ ਵੀ ਉੱਚੇ ਦਰਜੇ ਦਾ ਤਪਸਵੀ ਸਿੱਖ ਬਣ ਕੇ ਦੁਨੀਆ ਵਿੱਚ ਪ੍ਰਗਟ ਹੋ ਜਾਂਦਾ ਹੈ 9ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਹਿਰਦੇ ਅੰਦਰ ਪਾਵਨ ਗੁਰਬਾਣੀ ਵੀ ਆਪਣੇ ਆਪ ਹੀ ਸਮਾਉਣ ਲੱਗ ਜਾਂਦੀ ਹੈ 10ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਨੂੰ ਖੰਡਾਂ ਬ੍ਰਹਿਮੰਡਾ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ 11ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਨੂੰ ਸੁਤੇ ਸਿੱਧ ਹੀ ਹਰ ਵਕਤ ਸੰਤਾਂ ਭਗਤਾਂ ਤੇ ਮਹਾਪੁਰਖਾਂ ਦੀ ਸੰਗਤ ਹੋਣੀ ਸ਼ੁਰੂ ਹੋ ਜਾਂਦੀ ਹੈ 12ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਹਿਰਦੇ ਅੰਦਰੋਂ ਹੀ 68 ਤੀਰਥਾਂ ਦਾ ਇਸ਼ਨਾਨ ਹੋਣਾ ਸ਼ੁਰੂ ਹੋ ਜਾਂਦਾ ਹੈ 13ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਸਿੱਖ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। 14ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਨੂੰ ਪਰਮਾਤਮਾ ਕਿਸੇ ਦਾ ਮੋਹਤਾਜ ਨਹੀਂ ਰਹਿਣ ਦਿੰਦਾ। 15ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਨੂੰ ਆਪਣੀ ਆਤਮਾ ਵਿੱਚੋਂ ਹੀ ਪਰਮਾਤਮਾ ਦਿਸਣ ਲੱਗ ਜਾਂਦਾ ਹੈ। 16ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੀਆਂ ਦੁਨਿਆਵੀ ਰੌ ਰਿਤਾਵਾਂ ਵੀ ਦੁਨੀਆਂ ਤੋਂ ਵੱਖਰੀਆਂ ਹੀ ਹੋ ਜਾਂਦੀਆਂ ਹਨ 17ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੇ ਸਭ ਦੁਨਿਆਵੀ ਕੰਮ ਸੁਤੇ ਸਿੱਧ ਹੀ ਹੋਣੇ ਸ਼ੁਰੂ ਹੋ ਜਾਂਦੇ ਹਨ 18ਵਾਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦੀ ਆਤਮਾ ਅਡੋਲ ਬਹਾਦਰ ਤੇ ਤਾਕਤਵਾਰ ਬਣ ਜਾਂਦੀ ਹੈ 19 ਵਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਦਾ ਹਿਰਦਾ ਕਮਲ ਦੇ ਫੁੱਲ ਵਾਂਗੂ ਖਿੜਿਆ ਹੀ ਰਹਿੰਦਾ ਹੈ ਤੇ 20 ਵਾ ਹੈ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰ ਤੇ ਸਦਾ ਸਦਾ ਲਈ ਪਰਵਾਨ ਹੋ ਜਾਂਦਾ ਹੈ ਸੋ ਗੁਰੂ ਕੇ ਪਿਆਰਿਓ ਵਾਹਿਗੁਰੂ ਵਾਹਿਗੁਰੂ ਸਿਮਰਨ ਦੀਆਂ ਇਹ ਵਰਕਤਾਂ ਉਸ ਸਿੱਖ ਦੇ ਅੰਦਰ ਪ੍ਰਗਟ ਹੋ ਜਾਂਦੀਆਂ ਹਨ ਜੋ ਸਿਖ ਹਰ ਰੋਜ਼ ਇੱਕ ਮਨ ਇਕਜਿਤ ਹੋ ਕੇ ਆਪਣੀ ਸੁਰਤ ਨੂੰ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਜੋੜਦਾ ਹੈ ਵਾਹਿਗੁਰੂ ਵਾ गुरु वा गुरु वा हे गुरु वाहे गुरु वाहे गुरु वाहे गुरु वा vahe guru vahe guru vahe guru vahe े गुरु वा हे गुरु वाहे गुरु वाहे गुरु वाहे गुरु वाहे गुरु वाहे गुरु वा वाहे गुरु वा हे गुरु वाहे गुरु वाहे गुरु वाहे गुरु वाहे गुरु वाहे गुरु ਵਾਹੇ ਗੁਰੂ 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 वाहे गुरु वा हे गुरु वाहे 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 गुरु वा गुरु गुरु वाहे गुरु वाहे गुरु वा वाहे गुरु वा हे गुरु वाहे गुरु वाहे गुरु वाहे गुरु वाहे गुरु ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੋਇਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ